ਹਿੱਸੇ ਵੱਡੇ ਪਾਏ ਨੇ, ਹਿੱਸੇ ਮਿਲਦਾ 3500 ਵਾਲੇ ਪਾਏ ਨੇ। ਹਾਂ ਮਿਲਦਾ 3500 ਦੇ ਹਿੱਸੇ ਨੇ। ਆਹ ਗੇਟ ਚੈੱਕ ਕਰ ਲਓ। ਅੱਛਾ ਹਾਂਜੀ, ਖੜੀ ਬਹੁਤ ਨਾ ਗਲਤ ਜਗ੍ਹਾ ਦੇ ਉੱਤੇ ਆ, ਬੜੀ ਔਖੀ ਵੀਡੀਓ ਬਣਦੀ ਪਈ। ਸਾਈਡ ਬ੍ਰੇਕ ਚਾਲੂ ਹੈ, ਇਹਦੀ ਸਾਈਡ ਬ੍ਰੇਕ ਲੱਗੀ ਹੋਈ ਜਨਾਬ। ਫਰੇਮ ਤੁਹਾਨੂੰ ਚੈੱਕ ਕਰਵਾ ਦਿੱਤਾ ਇਹਦਾ। ਔਜ਼ ਬਿੱਲਾ ਹਿਮਨ ਸ਼ੈਤਵਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਨਾਜ਼ਰੀਨ, ਕੀ ਹਾਲ ਜਨਾਬ, ਠੀਕ ਹੋ? ਉਮੀਦ ਕਰਦੇ ਵੀ ਸਾਰੇ ਖੈਰ ਤਿਆਰ ਹੋਣਗੇ। ਅੱਲਾਹ ਤਾਲਾ ਹਰ ਇਨਸਾਨ ਨੂੰ ਸਿਹਤ ਤੰਦਰੁਸਤੀ ਤਾ ਫਰਮਾਏ ਔਰ ਆਪਣੀ ਹਿਫਜ਼ ਇਮਾਨ 'ਚ ਰੱਖੇ। ਜਨਾਬ ਤੁਹਾਡਾ ਵੀਰ ਸਹੀ ਸ਼ਾਨਵਾਦ, ਤੁਸੀਂ ਦੇਖਦੇ ਪਏ ਹੋ SS ਟਰਾਂਸਪੋਰਟ ਕੰਪਨੀ, ਮੇਰਾ ਯੂਟਿਊਬ ਦਾ ਚੈਨਲ। ਜਨਾਬ ਅੱਜ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਗਿਆ ਜਨਾਬ ਤੁਹਾਡਾ ਵੀਰ। ਅੱਜ ਜਿਹੜੀ ਵੀਡੀਓ ਬਣਾ ਰਿਹਾ ਜਨਾਬ, 3300 ਮਾਸਟਰ 1450 ਫੁੱਟ ਟਰਾਲੀ ਹੈ ਉਹਦੇ ਪਿੱਛੇ, ਅਤੇ 7000 ਟਾਇਰ ਪਾਏ ਨੇ, 2003 ਮਾਡਲ ਆ 3300 ਮਾਸਟਰ, ਉਹਦੀ ਵੀਡੀਓ ਗੱਡੀ ਫਾਰ ਸੇਲ ਹੈ ਜਨਾਬ। ਜਿਸ ਕਿਸੇ ਭਰਾ ਨੂੰ 3300 ਮਾਸਟਰ 1450 ਫੁੱਟ ਦੀ ਜ਼ਰੂਰਤ ਹੋਵੇ, ਅਤੇ ਸਕਰੀਨ ਦੇ ਉੱਤੇ ਵੀਡੀਓ ਦੇ ਐਂਡ ਦੇ ਉੱਤੇ ਨੰਬਰ ਮਿਲੇਗਾ ਓਨਰ ਦਾ, ਰਾਬਤਾ ਕਰਕੇ ਲੈ ਸਕਦੇ ਜੇ। ਲੋਕੇਸ਼ਨ ਵੀ ਦੱਸ ਦਿਆਂਗਾ, ਡਿਮਾਂਡ ਵੀ ਦੱਸ ਦਿਆਂਗਾ ਜਨਾਬ। ਆਓ ਚੱਲੀਏ ਜਨਾਬ ਜਾ ਕੇ, ਅਤੇ ਵੀਡੀਓ ਦੇਖੀਏ ਮੁਕੰਮਲ, ਵੀਡੀਓ ਦੇਖਦੇ ਹਾਂ ਫਿਰ ਇਨਸ਼ਾਅੱਲਾ ਤਾਲਾ ਦਾ ਨੰਬਰ ਸ਼ੰਬਰ ਲੋਕੇਸ਼ਨ ਵੀ ਦੱਸ ਦਿਆਂਗਾ। ਆਓ ਚੱਲੀਏ। ਲਓ ਜੀ ਜਨਾਬ, ਇਹ ਗੱਡੀ ਹੈ, ਕਿੰਨਾ 3 ਮਾਡਲ ਹੈ? 3 ਮਾਡਲ ਹੈ ਜਨਾਬ। ਮਾਸਟਰ 3300, ਮਾਸਟਰ 3300। ਇਹ ਬੰਪਰ ਚੈੱਕ ਕਰ ਲਓ, ਫਰੰਟ ਚੈੱਕ ਕਰ ਲਓ, ਇਹ ਦੇਖੋ ਜਨਾਬ। ਮੁਲਤਾਨੀ ਬਾਡੀ ਦੇ ਵਿੱਚ ਟਾਇਰ ਕਿਹੜੇ ਪਾਏ? 7500-16 7500-16 ਦੇ ਧਾਗੇ ਵਾਲੇ ਟਾਇਰ ਆ। ਇਹ ਫਰੇਮ ਦਾ ਅਗਲਾ ਹਿੱਸਾ ਚੈੱਕ ਕਰ ਲਓ। ਹਿੱਸੇ ਵੱਡੇ ਪਾਏ ਨੇ, ਹਿੱਸੇ ਮਿਲਦਾ 3500 ਵਾਲੇ ਪਾਏ ਨੇ। ਹਾਂ ਮਿਲਦਾ 3500 ਦੇ ਹਿੱਸੇ ਨੇ। ਆਹ ਗੇਟ ਚੈੱਕ ਕਰ ਲਓ। ਸਾਈਡ ਬ੍ਰੇਕ ਚਾਲੂ ਹੈ। ਅੱਛਾ ਹਾਂਜੀ। 3300 ਮਾਸਟਰ ਧਾਗੇ ਵਾਲੇ, 7500-16 ਦੇ ਟਾਇਰ। ਆਹ ਬਾਡੀ ਜਿਹੜੀ ਕਲਿੰਡਰ ਸਾਈਡ ਤੋਂ ਉਹ ਚੈੱਕ ਕਰ ਲਓ, ਮੁਲਤਾਨੀ ਬਾਡੀ 'ਚ ਬਣੀ ਆ, ਨੀਵੀਂ ਬਾਡੀ ਇਹਦੀ, ਅਤੇ ਲੇਕਿਨ ਉੱਤੇ ਆ ਫਿਰ ਜੰਗਲਾ ਅਲੱਗਾ ਫਿਰ ਲਵਾਇਆ ਇਹਨਾਂ ਨੇ। ਬਾਡੀ ਚੈੱਕ ਕਰ ਲਓ। ਇਹ ਟਾਇਰਾਂ ਦੀ ਕੰਡੀਸ਼ਨ, ਪਿਛਲੇ ਜੋੜੀ ਜਿਹੜੀ ਆ ਕਲਿੰਡਰ ਸਾਈਡ 'ਤੇ, ਫਰੇਮ ਚੈੱਕ ਕਰ ਲਓ। ਲਾਰ ਬੜੀ ਮਜ਼ਬੂਤ ਲੱਗੀ ਹੋਈ ਹੈ। ਬੈਕ ਸਾਈਡ ਚੈੱਕ ਕਰ ਲਓ। ਅੰਦਰੋਂ ਫਰਸ਼ ਚੈੱਕ ਕਰ ਲਓ। ਖੋਲ੍ਹ ਹਟਾਲਾ, ਇਹ ਫਰਸ਼ ਚੈੱਕ ਕਰ ਲਓ ਜਨਾਬ। ਸੈੜਾ ਚੈੱਕ ਕਰ ਲਓ। ਹਟਾ ਇੱਕ ਹੀ ਆ ਕਿ ਦੋ ਨੇ? ਹਟਾ ਇੱਕ ਹੀ ਆ, ਇੱਕੋ ਹੀ ਆ ਜਿਹੜਾ।
ਠੀਕ ਆ, ਤਾਂ ਬੰਦ ਕਰ ਦੇ। ਡਰਾਈਵਰ ਸਾਈਡ ਤੋਂ ਬਾਡੀ ਉਹ ਚੈੱਕ ਕਰ ਲਓ, ਆਹ ਟਾਇਰਾਂ ਦੀ ਕੰਡੀਸ਼ਨ, ਡਰਾਈਵਰ ਸਾਈਡ ਪਿਛਲੀ ਜੋੜੀ ਟਾਇਰਾਂ ਦੀ। ਸਾਈਡ ਬ੍ਰੇਕ ਕਿੱਥੇ ਲੱਗੀ? ਸਾਈਡ ਬ੍ਰੇਕ ਕਿੱਧਰ ਲਈ? ਸਾਈਡ ਅੱਗੇ ਲੱਗੀ। ਗੱਡੀ ਖੜੀ ਬਹੁਤ ਨਾ ਗਲਤ ਜਗ੍ਹਾ ਦੇ ਉੱਤੇ ਆ, ਬੜੀ ਔਖੀ ਵੀਡੀਓ ਬਣਦੀ ਪਈ। ਸਾਈਡ ਬ੍ਰੇਕ ਸਾਈਡ ਬ੍ਰੇਕ ਚਾਲੂ ਇਹਦੀ, ਸਾਈਡ ਬ੍ਰੇਕ ਲੱਗੀ ਹੋਈ ਜਨਾਬ। ਫਰੇਮ ਤੁਹਾਨੂੰ ਚੈੱਕ ਕਰਵਾ ਤਾ ਇਹਦਾ, ਲਾਰ ਬੜੀ ਤਗੜੀ ਲਾਈ ਉੱਤੇ ਇਹਨਾਂ ਨੇ। 7/50/16 ਦੇ ਟਾਇਰ ਧਾਗੇ ਵਾਲੇ, ਮਲਦੇ ਦੇ ਹਿੱਸੇ ਪਾਏ ਆ 5 ਨਟੇ। ਆਹ ਡਰਾਈਵਰ ਸਾਈਡ ਤੋਂ ਗੇਟ ਚੈੱਕ ਕਰ ਲਓ, ਮਾਸਟਰ 3300 ਆ, 2003 ਮਾਡਲ ਜੇ। ਖੋਲੀ ਹੋ ਮਾੜਾ ਜਿਹਾ, ਅੰਦਰੋਂ ਵੀ ਚੈੱਕ ਕਰ ਲਓ। ਆਹ ਗੇਟ, ਆ ਛੱਤ ਚੈੱਕ ਕਰ ਲਓ, ਡੈਸ਼ਬੋਰਡ ਕਿਹੜਾ? ਮਜ਼ਦੇ ਦਾ ਡੈਸ਼ਬੋਰਡ ਆ ਜੀ, ਮਜ਼ਦਾ ਦਾ, ਛੋਟਾ ਮਜ਼ਦਾ ਨਹੀਂ, ਮਜ਼ਦਾ 3500 ਦਾ ਡੈਸ਼ਬੋਰਡ ਜੇ। ਹਾਂਜੀ, ਛੋਟਾ ਜਿਹੜਾ ਮਜ਼ਦਾ ਨਾ ਡੈਸ਼ਬੋਰਡ ਉਹਦਾ ਲਾਇਆ ਜੇ। ਆਹ ਸੀਟਾਂ ਦੀ ਪੋਸ਼ਿਸ਼ ਵਗੈਰਾ ਜਿਹੜੀ ਬੜੇ ਜ਼ਬਰਦਸਤ ਨੇ। ਏ ਵਨ ਆ, ਉੱਤੋਂ ਵੀ ਵੇਖ ਲਓ, ਸਾਰੀ ਬੈਕ ਸਾਈਡ ਦੇਖ ਲਓ, ਸਟੇਅਰਿੰਗ ਸਟੂਅਰ ਸਾਰਾ ਏ ਵਨ ਆ ਜੀ। ਚਲੋ ਜੀ, ਲਓ ਜਨਾਬ, ਇਹ ਸੀ ਅੱਜ ਦੀ ਵੀਡੀਓ ਜਿਹੜੀ ਮੈਂ ਆਪਣੇ ਨਾਗਰਿਕ ਨਾਲ ਸ਼ੇਅਰ ਕੀਤੀ ਆ। 3300 ਮਾਸਟਰ ਕਿੰਨੇ ਫੁੱਟ ਹੀ ਆ? 14.5 ਫੁੱਟ ਲੰਬਾਈ ਆ ਗੱਡੀ ਦੀ, ਟਰਾਲੀ ਦੀ। 3300 ਮਾਸਟਰ ਆ, 2003 ਮਾਡਲ ਆ, ਕਾਗਜ਼ ਡਾਕੂਮੈਂਟ ਸਾਰੇ ਕਲੀਅਰ ਨੇ। 7/50/16 ਦੇ ਟਾਇਰ ਪਏ ਨੇ ਧਾਗੇ ਵਾਲੇ, 5 ਨਟੇ ਹਿੱਸੇ ਮਜ਼ਦੇ ਦੇ। ਆਪਣਾ ਨਾ ਇਹਦੀ ਲੋਕੇਸ਼ਨ ਹੈਗੀ ਆ ਮੀਆਂ ਚੰਨੂ, ਜਿਸ ਕਿਸੇ ਭਰਾ ਨੂੰ ਗੱਡੀ ਦੀ ਲੋੜ ਹੋਵੇ ਸਕਰੀਨ 'ਤੇ ਜਿਹੜਾ ਨੰਬਰ ਚੱਲਦਾ ਉੱਥੇ ਰਾਬਤਾ ਕਰਕੇ ਲੈ ਸਕਦੇ ਜੀ। ਨੰਬਰ ਕੀ ਹੈ ਭਲਾ? ਅੱਛਾ, ਇਹਦੀ ਜਿਹੜੀ ਡਿਮਾਂਡ, ਹਾਂ, 0305-5051-596 ਇਹ ਨੰਬਰ ਜੇ ਮਾਲਕ ਦਾ ਰਾਬਤਾ ਗੱਡੀ ਲੈ ਸਕਦੇ ਜੇ। ਲਾਸਟ ਇਹਦੀ ਡਿਮਾਂਡ ਹੈਗੀ ਜਨਾਬ 16 ਲੱਖ ਰੁਪਈਆ, ਮੌਕੇ ਨਾਲ ਕਮੀ ਪੇਸ਼ੀ ਹੋ ਜਾਏਗੀ। ਜਿਸ ਕਿਸੇ ਭਰਾ ਨੂੰ ਮਾਸਟਰ 3300 ਦੀ ਲੋੜ ਹੋਵੇ ਅਤੇ ਇਸ ਨੰਬਰ 'ਤੇ ਰਾਬਤਾ ਕਰਕੇ ਲੈ ਸਕਦੇ ਜੇ। ਨੈਕਸਟ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗਾ ਜਨਾਬ, ਮੈਨੂੰ ਇਜਾਜ਼ਤ ਦਿਓ, ਤੁਹਾਡਾ ਵੀਰ ਸਹੀ ਸ਼ਾਨਵਾਜ਼, ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ, ਅੱਲਾ ਹਾਫਿਜ਼।